ਹਾਂਜੀ ਦੋਸਤੋ ਸਵਾਗਤ ਹੈ ਤੁਹਾਡੇ ਸਭ ਦਾ ਹੀ ਜੀ ਤੁਹਾਡੇ ਆਪਣੇ YouTube ਚੈਨਲ Race Academy Official ਤੇ ਜੀ ਸੋ ਦੋਸਤੋ ਅੱਜ ਤਰੀਕ ਹੈ 10 ਮਈ ਸੋ ਅੱਜ ਦੀ ਕਲਾਸ ਵਿੱਚ ਆਪਾਂ 10 ਮਈ ਦੀਆਂ ਜਿੰਨੀਆਂ ਵੀ ਇੰਪੋਰਟੈਂਟ ਕਰੰਟ ਅਫੇਅਰ ਨਿਊਜ਼ ਨੇ ਗਿਆ ਉਹਨਾਂ ਬਾਰੇ ਗੱਲਬਾਤ ਕਰਨ ਵਾਲਿਆਂ ਬਿਲਕੁਲ ਪੰਜਾਬੀ ਦੇ ਵਿੱਚ ਸੋ ਜਿਹੜੇ ਕਿਸੇ ਤੁਹਾਡੇ ਪੰਜਾਬ ਦੇ ਜਾਂ ਫਿਰ ਸੈਂਟਰ ਦੇ ਜਿੰਨੇ ਵੀ ਐਗਜ਼ਾਮ ਆਉਣਗੇ ਉਹਨਾਂ ਲਈ ਬੜੀ ਇੰਪੋਰਟੈਂਟ ਰਹਿਣ ਵਾਲੀ ਆ ਸੋ ਇਸ ਕਲਾਸ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਆਪਣੇ ਸੰਗੀ ਸਾਥੀਆਂ ਤੱਕ ਬਾਕੀ ਬਿਨਾਂ ਕਿਸੇ ਦੇਰੀ ਤੋਂ ਅੱਜ ਦੀ ਕਲਾਸ ਆਪਾਂ ਸ਼ੁਰੂ ਕਰਦੇ ਹਾਂ ਸਭ ਤੋਂ ਫਸਟ ਕੁਸ਼ਣ ਆ ਜਿਹੜਾ ਆਪਣਾ ਜੀ Who become the new CM of Assam? ਕਹਿੰਦੇ ਜੀ ਅਸਾਮ ਦੇ ਨਵੇਂ ਮੁੱਖ ਮੰਤਰੀ ਕੌਣ ਬਣੇ ਨੇਗੇ ਦੇਖੋ ਕੁਐਸਚਨ ਇਹ ਬੜਾ ਪੋਰਟੈਂਟ ਹੈ ਕਿਉਂਕਿ ਆਪਾਂ ਸਭ ਨੂੰ ਹੀ ਪਤਾ ਹੁਣ ਚਾਰ ਰਾਜਾਂ ਤੇ ਇੱਕ ਕੇਂਦਰ ਸ਼ਾਸਤ ਪ੍ਰਦੇਸ਼ ਜਣ ਕਿ ਪੁੱਡੂਚੇਰੀ ਦੇ ਵਿੱਚ ਹੁਣ ਚੋਣਾਂ ਹੋਈਆਂ ਸੀਗੀਆਂ ਔਰ ਉੱਥੇ ਹੁਣ ਕਈਆਂ ਵਿੱਚ ਤਾਂ ਉਹੀ ਮੁੱਖ ਮੰਤਰੀ ਨੇਗੇ ਕਈਆਂ ਵਿੱਚ ਨਵੇਂ ਚੁਣੇ ਗਏ ਨੇ ਉਹਨਾਂ ਬਾਰੇ ਆਪਾਂ ਨੂੰ ਪਤਾ ਹੋਣਾ ਲਾਜ਼ਮੀ ਹੈਗਾ ਕੁਐਸਚਨ ਬਾਰੇ ਗੱਲ ਕਰਦੇ ਹਾਂ ਗੱਲ ਕੀਤੀ ਗਈ ਆਸਾਮ ਦੀ ਅਸਾਮ ਦੇ ਵਿੱਚ ਪਹਿਲਾਂ ਵੀ ਬੀਜੇਪੀ ਪਾਰਟੀ ਹੈਗੀ ਸੀ ਔਰ ਹੁਣ ਦੁਬਾਰੇ ਫੇਰ ਬੀਜੇਪੀ ਪਾਰਟੀ ਦੇ ਹੀ ਇੱਥੇ ਜੋ ਅਗਰ ਆਪਾਂ ਗੱਲ ਕਰੀਏ ਨਵੇਂ ਮੁੱਖ ਮੰਤਰੀ ਚੁਣੇ ਗਏ ਨੇਗੇ ਔਰ ਆਪਸ਼ਨ ਨੰਬਰ A ਇਹਦਾ ਨਾਮ ਹੈਗਾ ਜੀ ਹੇਮੰਤ ਵਿਸ਼ਵਾਸ ਸ਼ਰਮਾ ਇਹਦਾ ਨਾਮ ਹੈ ਸੋ ਇਹਨਾਂ ਵਾਰੀ ਤੁਸੀਂ ਜ਼ਰੂਰ ਯਾਦ ਰੱਖਣਾ ਅਸਾਮ ਦੇ ਇਹ ਨਵੇਂ ਮੁੱਖ ਮੰਤਰੀ ਹੋਣਾ ਹੋਣ ਵਾਲੇ ਨੇਗੇ ਬਾਕੀ ਦੇਖੋ ਇਸ ਪਿਛਲੇ ਸੈਸ਼ਨ ਵਿੱਚ ਦੱਸਿਆ ਹੋਇਆ ਜਿਹੜੇ 5 ਰਾਜਾਂ ਦੇ ਵਿੱਚ ਕੀ ਆਚਾਰ ਰਾਜਾਂ ਔਰ ਇੱਕ ਜੁਟੀ ਦੇ ਵਿੱਚ ਚੋਣਾ ਹੋਈਆਂ ਨੇ ਉਹਨਾਂ ਬਾਰੇ ਆਪਾਂ ਨੂੰ ਪਤਾ ਹੋਣਾ ਲਾਜ਼ਮੀ ਹੈ ਸਾਰੇ ਵਾਰ ਇੱਕ ਵਾਰੀ ਗੱਲ ਕਰ ਲੈਣੇ ਆ ਆ ਸਮ ਵਾਰੀ ਦੇਖੋ ਕਸ਼ੇ ਵਿੱਚ ਇਹ ਗੱਲ ਕੀਤੀ ਗਿਆ ਬੀਜੇਪੀ ਪਾਰਟੀ ਦੇ ਹਿਮੰਤ ਵਿਸ਼ਵਾਸ ਸ਼ਰਮਾ ਇੱਥੇ ਨਵੇਂ ਮੁੱਖ ਮੰਤਰੀ ਬਣੇ ਨੇਗੇ ਗੱਲ ਕਰੀ ਇਸ ਤੋਂ ਇਲਾਵਾ ਬੈਸਟ ਬੰਗਾਲ ਦੀ ਬੈਸਟ ਬੰਗਾਲ ਦੇ ਵਿੱਚ ਪਹਿਲਾਂ ਵੀ ਰੱਖੋ ਮਮਤਾ ਬੈਨਰਜੀ ਸੀ ਔਰ ਇਸ ਵਾਰੀ ਤੀਜੀ ਵਾਰ ਫਿਰ ਟੀਐਮਸੀ ਦੀ ਸਰਕਾਰ ਬਣੀ ਔਰ ਮਮਤਾ ਬੈਨਰਜੀ ਕੀ ਇੱਥੇ ਨਵੀਂ ਸੀਮ ਬਣੀ ਆ ਬੈਸਟ ਬੰਗਾਲ ਵਿੱਚ ਔਰ ਇਸ ਤੋਂ ਇਲਾਵਾ ਗੱਲ ਕਰੀਏ ਤਮੀਨ 나ਡੂ ਦੀ ਦੇਖੋ ਤਾਮਿਲਨਾਡੂ ਦੇ ਵਿੱਚ ਅਗਰ ਆਪਾਂ ਗੱਲ ਕਰੀਏ ਨਵੇਂ ਮੁੱਖ ਮੰਤਰੀ ਤਾਂ ਇਹਨਾਂ ਬਾਰੇ ਯਾਦ ਰੱਖਣਾ ਐਮ ਕੇ ਸਟਾਲਨ ਇਹਨਾਂ ਨਾਮ ਆਪਸ਼ਨ ਨੰਬਰ ਸੀ ਵਿੱਚ ਵੀ ਵੈਸੇ ਤੁਸੀਂ ਇਹਨਾਂ ਨਾਮ ਦੇਖ ਰਹੇ ਹੋਵੋਗੇ ਔਰ ਡੀ ਐਮ ਕੇ ਪਾਰਟੀ ਤੋਂ ਹੈਗੇ ਨੇਗੇ ਔਰ ਜਿਹੜੇ ਕਿ ਤਾਮਿਲਨਾਡੂ ਦੇ ਨਵੇਂ ਹੁਣ ਸੀਐਮ ਬਣੇ ਨੇਗੇ ਔਰ ਇਸ ਤੋਂ ਇਲਾਵਾ ਗੱਲ ਕਰੀਏ ਆਪਾਂ ਨੈਕਸਟ ਸਟੇਟ ਦੀ ਉਹ ਹੈ ਕੇਰਲਾ ਕੇਰਲਾ ਦੀ ਮੈਂ ਗੱਲ ਕਰਾਂ ਪਹਿਲਾਂ ਵੀ ਪਿੰਨਾਰਾਇ ਬੀਜਨ ਸੀਗੇ ਦੁਬਾਰੇ ਫੇਰ ਪਿੰਨਾਰਾਇ ਬੀਜਨ ਹੀ ਹੈਗੇ ਨੇਗੇ ਜਿਹੜੇ ਕਿ ਕਮਿਊਨਿਸਟ ਪਾਰਟੀ ਤੋਂ ਬਿਲੋਂਗ ਕਰਦੇ ਨੇਗੇ ਬਾਕੀ ਕਰ ਰਹੀ ਆਪਣੀ ਡਿਊਟੀ ਪੁੱਡੂਚੇਰੀ ਪੁੱਡੂਚੇਰੀ ਦੀ ਮੈਂ ਗੱਲ ਕਰਾਂ ਤਾਂ ਨਵੇਂ ਇੱਥੇ ਜੋ ਸੀਐਮ ਬਣੇ ਨੇਗੇ ਐਨ ਰੰਗਾ ਸੁਆਮੀ ਇਹਨਾਂ ਨਾਮ ਹੈ অপਸ਼ਨ ਨੰਬਰ ਬੀ ਵਿੱਚ ਤੁਸੀਂ ਦੇਖ ਰਹੇ ਹੋਗੇ ਪੁੱਡੂਚੇਰੀ ਦੇ ਨਵੇਂ ਸੀਐਮ ਦਾ ਨਾਮ ਔਰ ਇਹ ਨਰੀ ਪਾਰਟੀ ਆ ਨਾਗਾ ਐਨ ਆਰ ਸੀ ਠੀਕ ਹੈ ਨਾ ਤਾਂ ਇਹਨਾਂ ਬਾਰੇ ਵੀ ਤੁਸੀਂ ਨਾਂ ਨਾਲ ਜ਼ਰੂਰ ਧਿਆਨ ਦੇਖਣਾ ਇਹ ਕੁਐਸਚਨ ਬੜਾ ਇੰਪੋਰਟੈਂਟ ਆਪਣੇ ਨਹੀਂ ਰਹੇਗਾ ਔਰ ਸੁਭਾਵਿਕ ਜੀ ਗੱਲ ਹੈ ਵੀ ਆਉਣ ਵਾਲੇ ਜਿੰਨੇ ਵੀ ਐਗਜ਼ਾਮ ਨੇ ਉਹਨਾਂ ਵਿੱਚ ਚਾਂਸ ਹੈਗਾ ਵੀ ਇਹਨਾਂ ਵਿੱਚ ਕੁਐਸਚਨ ਸਾਨੂੰ ਬਣ ਸਕਦਾ ਇੱਕ ਦਾ ਜਿਆਦਾ ਬਣੇਗਾ ਕੁਐਸਚਨ ਸੀਐਮ ਵਿੱਚੋਂ ਜਾਂ ਫਿਰ ਇਹਨਾਂ ਦੇ ਜੋ ਵਿਰਾਂਤ ਸਭਾ ਸਪੀਕਰ ਚੁਣੇ ਜਾਣੇ ਨੇ ਅੱਗੇ ਉਹ ਜਿਹੜੇ ਚੁਣੇ ਜਾਣ ਗੁਨਾ ਬਾਰੇ ਆਪਾਂ ਉਹ ਤੋਂ ਗੱਲ ਕਰਾਂਗੇ ਤਾਂ ਉਹਨਾਂ ਵਿੱਚੋਂ ਹੀ ਕੁਐਸਚਨ ਬਣ ਸਕਦਾ ਖੈਰ ਇਸ ਤੋਂ ਇਲਾਵਾ ਗੱਲ ਕਰਦੇ ਆਪਾਂ ਅਸਾਮ ਬਾਰੇ ਅਸਾਮ ਬਾਰੇ ਦੇਖੀਏ ਦਿੱਤੋਂ ਦੀ ਕੈਪੀਟਲ ਕੈਪੀਟਲ ਹੈਗੀ ਹੈ ਜੀ ਦਿਸਪੁਰ ਨਵੇਂ ਸੀਐਮ ਹਿਮੰਤ ਵਿਸ਼ਵਾਸ ਸ਼ਰਮਾ ਬਣੇ ਨੇ ਧਿਆਨ ਵਿੱਚ ਰੱਖਣਾ ਇੱਥੇ ਗਵਰਨਰ ਹੈਗੇ ਨੇਗੇ ਜਗਦੀਸ਼ ਮੁਖੀ ਸਾਹਿਬ ਠੀਕ ਹੈ ਜੀ ਬਾਕੀ ਇਸ ਤੋਂ ਇਲਾਵਾ ਦੇਖੋ ਅਸਾਮ ਬਾਰੇ ਗੱਲ ਕਰੀਏ ਤਾਂ ਕੁਝ ਯੋਜਨਾਵਾਂ ਹਨੀਆਂ ਇੰਪੋਰਟੈਂਟ ਨਿਕਿਆ ਜਿਵੇਂ ਕਿ ਰੀਸੈਂਟਲੀ ਇਹਨਾਂ ਨੇ ਇੱਕ ਨਾ ਯੋਜਨਾ ਸ਼ੁਰੂ ਕੀਤੀ ਸੀ ਜਿਹਨਾਂ ਅਸੀਂ ਚਾਹ ਬਗੀਚਾ ਧਨ ਪੁਰਸਕਾਰ ਯੋਜਨਾ ਅਸਾਮ ਦੀ ਸੀ ਇਹ ਔਰ ਇਸ ਤੋਂ ਇਲਾਵਾ ਪ੍ਰਗਿਆਨ ਭਾਰਤੀ ਯੋਜਨਾ ਭਾਸ਼ਾ ਗੌਰਵ ਯੋਜਨਾ ਸ਼ੁਰੂ ਕੀਤੀ ਸੀ ਇਹਨਾਂ ਨੇ ਇਸ ਤੋਂ ਇਲਾਵਾ ਹੋਰ ਵੀ ਕੋਈ ਯੋਜਨਾ ਨੇ ਬਸੇ ਔਰੂ ਨੌਡੂ ਯੋਜਨਾ ਨਰੀ ਬੜੀ ਇੰਪੋਰਟੈਂਟ ਹੈਗੀ ਇਸ ਤੋਂ ਇਲਾਵਾ ਆਯੁਸ਼ਮਾਨ ਸੀਏਪੀਐਫ ਯੋਜਨਾ ਬ੍ਰਹਮਸਾਰਥੀ ਯੋਜਨਾ ਸ਼ੁਰੂ ਕੀਤੀ ਸੀਗੀ ਬਜ਼ੁਰਗ ਔਰਤਾਂ ਵਾਸਤੇ ਔਰਤਾਂ ਵਾਸਤੇ ਯੋਜਨਾ ਹੈ ਜਿਹੜੀ ਹੈਗੀ ਸੀ ਠੀਕ ਹੈ ਨਾ ਤਾ ਇੰਨੀਆਂ ਸਾਰੀਆਂ ਯੋਜਨਾਵਾਂ ਸਮਝੀਆਂ ਨੇ ਕਿ ਆ ਜਿਹੜੀਆਂ ਤੁਹਾਨੂੰ ਧਿਆਨ ਵਿੱਚ ਰੱਖਣੀਆਂ ਪੈਣਗੀਆਂ। ਬਾਕੀ ਦੇਖੋ ਜੀਕੇ ਦੇ ਪੁਆਇੰਟ ਆਫ 뷰 ਤੋਂ ਗੱਲ ਕਰਾਂ ਤਾਂ ਸਾਮ ਦੇ ਨੈਸ਼ਨਲ ਪਾਰਕ ਬੜੇ ਇੰਪੋਰਟੈਂਟ ਨੇ। ਕਈ ਵਾਰੀ ਐਗਜ਼ਾਮ ਵਿੱਚ ਦਿਖ ਕੇ ਨੂੰ ਆਪਾਂ ਨੂੰ ਮਿਲੇ ਨੇਗੇ ਇਹ। ਕਿਹੜੇ-ਕਿਹੜੇ ਨੈਸ਼ਨਲ ਪਾਰਕ ਨੇ ਬਾਲਾ ਇੱਥੇ? ਯਾਦ ਰੱਖਣਾ ਕਾਜ਼ੀਰੰਗਾ ਨੈਸ਼ਨਲ ਪਾਰਕ ਮਿਲੇਗਾ ਔਰ ਇਹ ਕਾਜ਼ੀਰੰਗਾ ਨੈਸ਼ਨਲ ਪਾਰਕ ਇੱਕ ਸਿੰਘ ਵਾਲੇ ਗੈਂਡੇ ਵਾਸਤੇ ਬੜਾ ਫੇਮਸ ਹੈ। ਨਾ ਮੇਰੀ ਨੈਸ਼ਨਲ ਪਾਰਕ ਮਿਲੇਗਾ, ਮਾਨਸ ਨੈਸ਼ਨਲ ਪਾਰਕ ਮਿਲ ਜੇਗਾ, ਔਰੰਗ ਨੈਸ਼ਨਲ ਪਾਰਕ ਮਿਲ ਜੇਗਾ ਔਰ ਇਸ ਤਾਂ ਇੰਨੇ ਸਾਰੇ ਨੈਸ਼ਨਲ ਪਾਰਕਸ ਨੂੰ ਅਸਾਮ ਵਿੱਚ ਦੇਖਣ ਨੂੰ ਮਿਲਣਗੇ। ਸੋ ਇੰਨੇ ਕੁ ਫੈਕਟਰ ਸਾਹਮਣੇ ਰਿਲੇਟਡ ਯਾਦ ਰੱਖ ਲਿਓ ਬਹੁਤ ਐ। ਗੱਲ ਕਰਦੇ ਆ ਨੈਕਸਟ ਕੁਐਸਚਨ ਬਾਰੇ। ਹੂ ਹੈਜ਼ ਬੀਨ ਇਲੈਕਟਡ ਦੀ ਸਪੀਕਰ ਆਫ ਬੈਸਟ ਬੰਗਾਲ ਲੈਜਿਸਲੇਟਿਵ ਅਸੈਂਬਲੀ। ਦੇਖੋ ਜੀ ਕਿਹਨੇ ਪੱਛਮੀ ਬੰਗਾਲ ਦੀ ਵਿਧਾਨ ਸਭਾ ਦੇ ਜੋ ਸਪੀਕਰ ਹੈ ਉਹ ਹੁਣ ਕਿਸ ਨੂੰ ਚੁਣਿਆ ਗਿਆ। ਸੋ ਮੈਂ ਪਹਿਲਾ ਵਾਲੇ ਕੁਐਸਚਨ ਵਿੱਚ ਹੀ ਗੱਲ ਕਰਕੇ ਟੈਂਬੀ ਜੋ ਹੁਣ ਨਵੇਂ ਆਪਣੇ ਤੋਂ ਸੀਐਮ ਬਣੇ ਨੇ ਪੰਜ ਰਾਜਾਂ ਦੇ ਵਿੱਚ ਵੋਟਾਂ ਹੋਈਆਂ ਸੀਗੀਆਂ। ਔਰ ਇੱਥੇ ਜੋ ਨਵੇਂ ਵਿਧਾਨ ਸਭਾ ਸਪੀਕਰ ਚੁਣੇ ਜਾਣੇ ਇਹ ਬੜੇ ਪੂਟੇ ਗੱਲ ਕਰੀਏ ਹੁਣ ਬੈਸਟ ਬੰਗਾਲ ਦੇ ਜੋ ਵਿਧਾਨ ਸਭਾ ਸਪੀਕਰ ਚੁਣੇ ਗਏ ਨੇ ਗੀ ਰੀਸੈਂਟਲੀ ਔਰ ਆਪਸ਼ਨ ਨੰਬਰ A ਵਿੱਚ ਇਹਨਾਂ ਨਾਮ ਤੁਸੀਂ ਦੇਖ ਰਹੇ ਹੋਵਗੇ ਵਿਮਨ ਬੇਦੂ ਪਾਧਿਆ ਇਹਨਾਂ ਦਾ ਨਾਮ ਹੈਗਾ ਸੋ ਇਹਨਾਂ ਬਾਰੇ ਯਾਦ ਰੱਖਣਾ ਜੋ ਕਿ ਬੈਸਟ ਬੰਗਾਲ ਲੈਜਿਸਲੇਟਿਵ ਅਸੈਂਬਲੀ ਦੇ ਸਪੀਕਰ ਚੁਣੇ ਗਏ ਨੇਗੇ ਤੇ ਇਹ ਬੜਾ ਇੰਪੋਰਟੈਂਟ ਜਿਹੜਾ ਕੁਐਸਚਨ ਹੈਗਾਗਾ ਬਾਕੀ ਇਸ ਤੋਂ ਇਲਾਵਾ ਦੇਖੋ ਅਦਰ ਆਪਸ਼ਨਾਂ ਬਾਰੇ ਤਾਂ ਆਪਾਂ ਪਿਛਲੇ ਕੁਐਸਚਨ ਵਿੱਚ ਹੀ ਗੱਲ ਕਰਕੇ ਹਟਿਆ ਸਾਰਿਆਂ ਬਾਰੇ ਗੱਲ ਕਰ ਲੈਨੇ ਆਪਾਂ ਬੈਸਟ ਬੰਗਾਲ ਬਾਰੇ ਇੰਪੋਰਟੈਂਟ ਸਟੇਟ ਹੈ ਜੀ ਬੈਸਟ ਬੰਗਾਲ ਕੈਪੀਟਲ ਸਭ ਤੋਂ ਪਹਿਲਾਂ ਯਾਦ ਰੱਖਣਾ ਕੋਲਕਾਤਾ ਸਿਟੀ ਇਤੋਂ ਦੀ ਕੈਪੀਟਲ ਹੈ ਇੱਕ ਰਿਵਰ ਹੈਗੀ ਹੁਗਲੀ ਹੁਗਲੀ ਰਿਵਰ ਦੇ ਕਿਨਾਰੇ ਬਸਿਆ ਹੋਇਆ ਹੈ ਇਹ ਸ਼ਹਿਰ ਅਗਾ ਔਰ ਬਸੇ ਕਲਕੱਤਾ ਦੇ ਵਿੱਚ ਤੁਹਾਨੂੰ ਇੱਕ ਦੋ ਚੀਜ਼ਾਂ ਨੇ ਨਾ ਹੈੱਡ ਕੁਆਟਰ ਦੇਖਣ ਨੂੰ ਮਿਲਣਗੇ ਕਿਹੜੇ ਕਿਹੜੇ ਆਪਾਂ ਲਾਹੋ ਜੋ ਲੋਜੀਕਲ ਸਰਵੇ ਆਫ ਇੰਡੀਆ ਦਾ ਔਰ ਇੱਕ ਬੈਂਕ ਹੈਗਾ ਜੂਕੋ ਬੈਂਕ ਨਾਮ ਸੁਣਿਆ ਹੋਣਾ ਇਸ ਦਾ ਵੀ ਹੈੱਡ ਕੁਆਟਰ ਤੁਹਾਨੂੰ ਕੋਲਕਾਤਾ ਵਿੱਚ ਦੇਖਣ ਨੂੰ ਮਿਲ ਜਾਵੇਗਾ ਬਾਕੀ ਦੇਖੋ ਗੱਲ ਕਰੀ ਸੀ ਆਪਾਂ ਬੈਸਟ ਬੰਗਾਲ ਬਾਰੇ सीएम ਇਥੋਂ ਦੀ ਮਮਤਾ ਬੈਨਰਜੀ ਬਣੀ ਤੀਜੀ ਵਾਰ ਠੀਕ ਹੈ ਇਹਦੇ ਬਾਰੇ ਯਾਦ ਰੱਖਣਾ ਔਰ ਇੱਕ ਗਵਰਨਰ ਦੀ ਮੈਂ ਗੱਲ ਕਰਾਂ ਜਗਦੀਪ ਧਨਕਰ ਇੱਥੇ ਗਵਰਨਰ ਨੇ ਜੀ ਵੈਸੇ ਇੱਥੇ ਨਵੇਂ ਚੀਫ ਜਸਟਿਸ ਵੀ ਬਣੇ ਸੀਗੇ ਟੀ ਵੀ ਰਾਧਾ ਕ੍ਰਿਸ਼ਨਨ ਐਨੋ ਨਾਮ ਉਹਨਾਂ ਬਾਰੇ ਜ਼ਰੂਰ ਧਿਆਨ ਵਿੱਚ ਰੱਖਣਾ ਪੂਟੰਡਗਾ ਬਾਕੀ ਦੇਖੋ ਬੈਸਟ ਬੰਗਾਲ ਦੀਆਂ ਕੁਝ ਆਪਾਂ ਯੋਜਨਾਵਾਂ ਬਾਰੇ ਅਗਰ ਆਪਾਂ ਗੱਲ ਕਰੀਏ ਤਾਂ ਇਹਨਾਂ ਨੇ ਇੱਕ ਮਾਂ ਨਾ ਦੀ ਯੋਜਨਾ ਸ਼ੁਰੂ ਕੀਤੀ ਸੀਗੀ ਵੈਸੇ ਕੱਲ ਮਦਰਸ ਡੇ ਸੀਗਾ ਔਰ ਤੁਸੀਂ ਇਹ ਵੀ ਯਾਦ ਰੱਖਣਾ ਮਾਂ ਯੋਜਨਾ ਜਿਹੜੀ ਸ਼ੁਰੂ ਕੀਤੀ ਸੀ ਬੈਸਟ ਬੰਗਾਲ ਨੇ ਕਰਮ ਸਾਥੀ ਪਰ ਕਲਨ ਜੋਨਾ ਸ਼ੁਰੂ ਕੀਤੀ ਸੀ ਬੈਸਟ ਬੰਗਾਲ ਨੇ ਦੁਬਾਰੇ ਸਰਕਾਰ ਜੋਨਾ ਸ਼ੁਰੂ ਕੀਤੀ ਸੀ ਪੱਤ ਸ੍ਰੀ ਯੋਜਨਾ ਸ਼ੁਰੂ ਕੀਤੀ ਸੀ ਇੱਕ ਸੀ ਰਾਜ ਪੁਜਿਤ ਯੋਜਨਾ ਵੈਸੇ ਇੱਕ ਯੋਜਨਾ ਸੀ ਇਹਨਾਂ ਦੀ ਸੁਭਜ ਸਾਥੀ ਯੋਜਨਾ ਸੁਭਜ ਸਾਥੀ ਯੋਜਨਾ ਕਰਕੇ ਬੈਸਟ ਬੰਗਾਲ ਨੂੰ ਡਬਲਯੂ ਐਸ ਆਈ ਐਸ ਪੁਰਸਕਾਰ ਦਿੱਤਾ ਗਿਆ ਸੀ ਤਾਂ ਇੰਨੀਆਂ ਕਿ ਯੋਜਨਾਵਾਂ ਪੋਟੈਂਟ ਨੇਗੀਆਂ ਬੈਸਟ ਬੰਗਾਲ ਦੀਆਂ ਜਿਹੜੀਆਂ ਸਾਨੂੰ ਜੀ ਯਾਦ ਰੱਖਣੇ ਪੈਣਗੇ ਬਾਕੀ ਕਦੇ ਤੁਹਾਨੂੰ ਕੁਐਸਚਨ ਆ ਜੇ ਵੀ ਸਬਜ਼ੀਆਂ ਦੇ ਉਤਪਾਦਨ ਵਿੱਚ ਇੰਡੀਆ ਦੇ ਸਭ ਤੋਂ ਟੌਪ ਤੇ ਸਟੇਟ ਕਿਹੜਾ ਹੈ ਤਉਹੋ ਬੈਸਟ ਬੰਗਾਲ ਹੀ ਹੈਗਾ ਠੀਕ ਹੈ ਨਾ ਇਹਦੇ ਬਾਰੇ ਯਾਦ ਰੱਖਣਾ ਗੱਲ ਅਗਰ ਕੁਸ਼ਨ ਇਦਾਂ ਜੇ ਵੀ ਫਲਾਂ ਦੇ ਪਹਾੜਾਂ ਵਿੱਚ ਸਭ ਤੋਂ ਟਾਪ ਤੇ ਸਟੇਟ ਕਿਹੜਾ ਆਪਣੇ ਭਾਰਤ ਦਾ ਤੋ ਹੈਗਾ ਜੀ ਆਂਧਰਾ ਪ੍ਰਦੇਸ਼ ਠੀਕ ਹੈ ਨਾ ਇਹ ਰਿਪੋਰਟ ਆਈ ਸੀ ਪਿਛਲੇ ਸਾਲ ਇੱਕ ਤਾਂ ਇਹਦੇ ਬਾਰੇ ਯਾਦ ਰੱਖਣਾ ਬਾਕੀ ਬੈਸਟ ਬੰਗਾਲ ਦੇ ਕੁਝ ਨੈਸ਼ਨਲ ਪਾਰਕ ਜਿਵੇਂ ਕਿ ਸੁੰਦਰਬਨ ਨੈਸ਼ਨਲ ਪਾਰਕ ਦੇਖਣ ਨੂੰ ਮਿਲੇਗਾ ਬੁਕਸਾ ਟਾਈਗਰ ਰਿਜ਼ਰਵ ਦੇਖਣ ਨੂੰ ਮਿਲੇਗਾ ਗੋਰੂਮਾਰਾ ਨੈਸ਼ਨਲ ਪਾਰਕ ਦੇਖਣ ਨੂੰ ਮਿਲੇਗਾ ਨਿਉਰਾ ਵੈਲੀ ਨੈਸ਼ਨਲ ਪਾਰਕ ਇੱਥੇ ਔਰ ਇੱਕ ਸੀ ਸਿੰਗਾਲੀਲਾ ਨੈਸ਼ਨਲ ਪਾਰਕ ਤਾਂ ਇਨਫੈਕਟ ਤੁਸੀਂ ਬੈਸਟ ਬੰਗਾਰ ਨਾਲ ਰਿਲੇਟਡ ਯਾਦ ਰੱਖ ਲਿਓ ਸੋ ਗੱਲ ਕਰਦੇ ਆਂ ਆਪਾਂ ਨੈਕਸਟ ਕੁਐਸਚਨ ਬਾਰੇ ਵਿਚ ਕੰਟਰੀ ਹੈਜ਼ ਬਿਕਮ ਦੀ ਫਰਸਟ ਕੰਟਰੀ ਟੂ ਪ੍ਰੂਵ ਦੀ ਫਾਈਜ਼ਰ ਬਾਇਓਟੈਕ ਕਰੋਨਾ ਵੈਕਸੀਨ ਫਾਰ ਚਿਲड्रन 12 ਇਅਰ ਐਂਡ 올ਡਰਸ ਦੇਖੋ ਜੀ ਕਹਿੰਦੇ ਕਿਹੜੇ ਦੇਸ਼ ਨੇ 12 ਸਾਲ ਜਾਂ ਫਿਰ ਇਸ ਤੋਂ ਵੱਧ ਉਮਰ ਦੇ ਬੱਚਿਆਂ ਦੇ ਲਈ ਫਾਈਜ਼ਰ ਨਾਲੀ ਜੋ ਬਾਇਓਟੈਕ ਕਰੋਨਾ ਦਾ ਟੀਕਾ ਦਾ ਉਹਨੂੰ ਪ੍ਰਵਾਨ ਕਰਨ ਵਾਲਾ ਪਹਿਲਾ ਦੇਸ਼ ਬਣਿਆਗਾ ਦੁਨੀਆ ਦਾ ਦੇਖੋ ਇਹ ਬੜਾ ਇਪੋਰਟੈਂਟ ਕੁਐਸਚਨ ਹੈਗਾ ਜਿਹੜੀ ਇਹ ਵੈਕਸੀਨ ਹੈਗੀ ਇਹਨੂੰ ਹੁਣ ਅਪਰੂਵ ਦਿੱਤੀ ਹੈਗੀ ਕੈਨੇਡਾ ਦੀ ਸਰਕਾਰ ਨੇ ਦੇਖੋ ਜੀ ਕੈਨੇਡਾ ਦੀ ਸਰਕਾਰ ਨੇ ਹੁਣ ਕਿਹਾ ਹੈਗਾ ਜੋ ਆਪਣਾ ਫਾਈਜ਼ਰ ਬਾਇਓਟੈਕ ਜਨਕੀ ਜਿਹੜਾ ਕੋਰੋਨਾ ਵੈਕਸੀਨ ਹੈਗੀ ਹੈਗੀ ਇਹੀ ਉਹ ਜੋ ਕੈਨੇਡਾ ਦੇ 12 ਤੋਂ ਲੈ ਕੇ 15 ਸਾਲ ਦੇ ਬੱਚੇ ਨੇ ਉਹਨਾਂ ਨੂੰ ਕੀ ਇਹ ਕੋਰੋਨਾ ਦੀ ਇਹ ਵੈਕਸੀਨ ਲਗਾਈ ਜਾਵੇਗੀ। ਔਰ ਇਸ ਦਿਨ ਨਾਲ ਹੀ ਪਹਿਲਾ ਦੇਸ਼ ਕੈਨੇਡਾ ਬਣਿਆਗਾ ਜਿਸ ਨੇ ਇਨੀ ਘੱਟ ਉਮਰ ਦੇ ਬੱਚਿਆਂ ਨੂੰ ਕੀ ਵੈਕਸੀਨ ਲਾਉਣ ਦਾ ਕੀ ਅਨਾਉਂਸਮੈਂਟ ਇਹਦੀ ਕੀਤੀ ਹੈਗੀ। ਤਾਂ ਇਹਦੇ ਬਾਰੇ ਤੁਸੀਂ ਯਾਦ ਰੱਖਣਾ ਔਰ ਇਹ ਵੈਕਸੀਨ ਦਾ ਨਾਮ ਵੀ ਯਾਦ ਰੱਖਣਾ ਫਾਈਜ਼ਰ ਬਾਇਓਟੈਕ ਵੈਕਸੀਨ ਦਾ ਨਾਮ ਹੈਗਾ ਠੀਕ ਹੈ ਨਾ ਤੇ ਇਹਦੇ ਬਾਰੇ ਯਾਦ ਰੱਖਣਾ। ਬਾਕੀ ਅੱਛਾ ਵੈਕਸੀਨ ਦੀ ਗੱਲ ਕਰੀ ਤਾਂ ਆਪਣੇ ਇੰਡੀਆ ਦੇ ਵਿੱਚ ਜੋ ਵੈਕਸੀਨ ਲੱਗ ਰਹੀ ਹੈ ਕੋਵਿਡ ਦੀ ਤਾਂ ਕਿਹੜੀ ਕਿਹੜੀ ਵੈਕਸੀਨ ਲੱਗ ਰਹੀ ਹੈ ਆਪਣੇ ਯਾਦ ਰੱਖਣਾ ਇੱਕ ਤਾਂ ਕੋਬੋ ਸ਼ੀਲਡ ਹੈ ਇੱਕ ਕੋਬੈਕਸੀਨ ਹੈ ਔਰ ਇੱਕ ਰਸ਼ੀਆ ਤੋਂ ਜਿਹੜੀ ਆਪਾਂ ਨੇ ਇੰਪੋਰਟ ਕੀਤੀ ਸੀਗੀ ਸਪੁਤਨਿਕ ਠੀਕ ਹੈ ਨਾ ਤੋਂ ਇਹ ਬਾਰੇ ਯਾਦ ਰੱਖਣਾ ਬਾਕੀ ਕੈਨੇਡਾ ਦੀ ਗੱਲ ਕਰੀ ਤਾਂ ਕੈਪੀਟਲ ਓਟਾਵਾ ਦੇਖਣ ਨੂੰ ਮਿਲੇਗੀ ਕਰੰਸੀ ਇੱਥੇ ਹੈਗੀ ਹੈ ਡਾਲਰ ਔਰ ਇਥੋਂ ਦੇ ਪੀਐਮ ਹੈਗੇ ਨੇ ਜਸਟਿਨ ਟਰੂਡੋ ਠੀਕ ਹੈ ਯਾਦ ਰੱਖਣਾ ਸੋ ਗੱਲ ਕਰਦੇ ਹਾਂ ਨੈਕਸਟ ਕੁਐਸਚਨ ਬਾਰੇ city is on the top in the prime global cities index q1 2021 report kende ji prime global cities index q1 2021 report vich keda shehar sab to choti te reha hai har saal ye jehdi report jari hundi hai aur is report da pehle quarter di jo is bari q1 report quarter first di report jari hui hai prime global cities index di ede vich 45 to badh shehar laye gaye ne ge puri duniya de aur jinna di ki hundi hai ki bhi prime residential property ਪ੍ਰਾਈਸ ਇੰਡੈਕਸ ਨੂੰ ਤੁਸੀਂ ਇਸ ਨੂੰ ਕਹਿ ਸਕਦੇ ਹੋ ਕਿ ਉਸ ਸ਼ਹਿਰ ਦੇ ਕਿੰਨੇ ਆ ਕੀਮਤਾ ਵਧੀਆਂ ਕਿੰਨੇ ਵਸਟ ਘਟੀਆਂ ਇਸ ਤਰੀਕੇ ਦੀ ਇੱਕ ਰੈਂਕਿੰਗ ਹੀ ਹੁੰਦੀ ਆ ਗੱਲ ਕਰੀਏ ਇਸ ਰੈਂਕਿੰਗ ਵਿੱਚ ਸਭ ਤੋਂ ਟਾਪ ਤੇ ਤਾਂ ਚੀਨ ਦਾ ਇੱਕ ਸ਼ਹਿਰ ਹੈਗਾ ਸ਼ੇਂਜਨ অপਸ਼ਨ ਨੰਬਰ A ਵਿੱਚ ਤੁਸੀਂ ਦੇਖ ਰਹੇ ਹੋਗੇ ਸਭ ਤੋਂ ਟਾਪ ਤੇ ਰਿਹਾਗਾ ਟੋਟਲ ਅਗਰ ਆਪਾਂ ਗੱਲ ਕਰੀਏ 46 ਇਸ ਵਾਰੀ ਸਿਟੀਜ਼ ਹੈਗੀਆਂ ਸੀਗੀਆਂ ਸਭ ਤੋਂ ਲਾਸਟ ਦੇਗਾ ਨਿਊਯਾਰਕ ਅਗਰ ਆਪਾਂ ਗੱਲ ਕਰੀਏ ਸਭ ਤੋਂ ਟਾਪ ਦੇ ਸ਼ੇਂਜਨ ਦੀ অপশন নাম্বার এ ਤੁਸੀਂ ਇਹਦਾ ਨਾਮ ਦੇਖ ਰਹੇ ਹੋ ਜਾਇਦ ਕਿ ਨਾ ਚਾਈਨਾ ਦਾ ਇਹ ਸ਼ਹਿਰ ਆ ਔਰ ਇਹਦੇ ਵਿੱਚ ਇਹਨੀਆਂ ਕੀਮਤਾ 18.9% ਪਹਿਲਾਂ ਨਾਲੋਂ ਕਿ ਹੈ ਵਧੀਆਂ ਨੇ ਇੱਥੇ ਬਾਕੀ ਦੇਖੋ ਇਸ ਲਿਸਟ ਦੇ ਵਿੱਚ ਆਪਣੀ ਇੰਡੀਆ ਦੇ ਵੀ ਕੋਈ ਕੁਝ ਕੁ ਸ਼ਹਿਰ ਹੈਗੇ ਨੇ ਜਿਵੇਂ ਆਪਣੀ ਕੈਪੀਟਲ ਦਿੱਲੀ ਵੀ ਹੈਗੀ ਆ ਔਰ ਦਿੱਲੀ ਇਸ ਵਿੱਚ 32ਵੇਂ ਨੰਬਰ ਤੇ ਆ ਮੁੰਬਈ ਸ਼ਹਿਰ ਵੀ ਹੈਗਾ ਇਹਦੇ ਵਿੱਚ ਉਹ 36ਵੇਂ ਨੰਬਰ ਤੇ ਆ ਔਰ ਇੱਕ ਸ਼ਹਿਰ ਆਪਣਾ ਬੈਂਗਲੁਰੂ ਵੀ ਹੈਗਾ ਇਹਦੇ ਵਿੱਚ ਜਿਹੜਾ ਕੀ 40ਵੇਂ ਨੰਬਰ ਤੇ ਆ ਠੀਕ ਹੈ ਨਾ ਤਾ ਇਹਦੇ ਬਾਰੇ ਤੁਸੀਂ ਇਹੀ ਯਾਦ ਰੱਖਣਾ ਟਾਪ ਤੇ ਕਿਹੜਾ ਸ਼ਹਿਰ ਹੈਗਾ ਚਾਈਨਾ ਦਾ ਸ਼ਹਿਰ ਹੈਗਾ ਔਰ ਆਪਣੇ ਇੰਡੀਆ ਵਾਲੇ ਜਿਹੜੇ ਸ਼ਹਿਰ ਤੁਹਾਨੂੰ ਮੈਂ ਦੱਸਿਆ ਇਹਨਾਂ ਬਾਰੇ ਯਾਦ ਰੱਖ ਲੈਣਾ ਠੀਕ ਹੈ ਜੀ ਸੋ ਗੱਲ ਕਰਦੇ ਆ ਨੈਕਸਟ ਕੁਸ਼ਚਨ ਬਾਰੇ ਹੂ ਬਿਕਮ ði ਵਰਲਡਸ ਫਰਸਟ ਕਲਾਈਮਬਰ ਟੂ ਕਲਾਈਮ ði ਵਰਲਡਸ ਹਾਈਐਸਟ ਪੀਕ 25 ਟਾਈਮ ਕਹਿੰਦੇ ਜੀ ਕੌਣ 25 ਵਾਰ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਤੇ ਚੜਨ ਵਾਲਾ ਦੁਨੀਆ ਦਾ ਪਹਿਲਾ ਪਰਬਤਾਰੂ ਹੀ ਬਣੇ ਤਾਂ ਦੇਖੋ ਕੋਸ਼ਿਸ਼ ਵਿੱਚ ਗੱਲ ਕੀਤੀ ਗਿਆ ਵਰਲਡ ਹਾਈਐਸਟ ਪੀਕ ਦੀ ਲਗਭਗ ਸਭ ਨੂੰ ਸਭ ਨੂੰ ਪਤਾ ਲੱਗੇਗਾ ਨਾ ਮਾਉਂਟ ਐਵਰੇਸਟ ਦੀ ਗੱਲ ਕੀਤੀ ਗਈ ਹੈਗੀ ਔਰ ਮਾਉਂਟ ਐਵਰੇਸਟ ਤੇ ਦੇਖੋ 25 ਵਾਰ ਚੜਾਈ ਕਰਨ ਵਾਲੇ ਜੋ ਵਿਅਕਤੀ ਨੇ ਆਪਸ਼ਨ ਨੰਬਰ B ਕਮੀ ਰਿਤਾ ਸ਼ੇਰਪਾ ਇਹਨਾਂ ਨਾਮ ਹੈ ਆਪਸ਼ਨ ਨੰਬਰ B ਵਿੱਚ ਤੁਸੀਂ ਇਹਨਾਂ ਦਾ ਨਾਮ ਦੇਖ ਰਹੇ ਹੋ ਨੇਪਾਲ ਤੋਂ ਇਹ ਵਿਅਕਤੀ ਹੈਗੇ ਨੇ ਔਰ 25 ਵਾਰ ਮਾਉਂਟ ਐਵਰੇਸਟ ਦੀ ਚੜਾਈ ਕਰਨ ਵਾਲੇ ਪਹਿਲੇ ਵਿਅਕਤੀ ਬਣਨੇ ਔਰ ਇਸ ਨਾਲ ਹੀ ਇਹਨਾਂ ਨੇ ਇੱਕ ਨਵਾਂ ਰਿਕਾਰਡ ਵੀ ਸੈੱਟ ਕਰ ਦਿੱਤਾ ਸੋ ਇਹਨਾਂ ਦਾ ਨਾਮ ਬੜਾ ਪੂਟੈਂਟ ਆਪਣੇ ਆਪ ਵਿੱਚ ਬਾਕੀ ਦੇਖੋ ਮਾਉਂਟ ਐਵਰੇਸਟ ਦੀ ਗੱਲ ਕੀਤੀ ਗਿਆ ਤਾਂ ਇਹਦੀ ਜੋ ਨਵੀਂ ਹਾਈਟ ਯਾਦ ਰੱਖ ਸਕਦੇ ਤੁਸੀਂ 8849 ਮੀਟਰ ਹੈਗੀ ਵੈਸੇ 8848.8 ਮੀਟਰ ਹੈ ਤੁਸੀਂ ਇਸ ਨੂੰ 8849 ਮੀਟਰ ਵੀ ਕਹਿ ਸਕਦੇ ਹੋ ਠੀਕ ਹੈ ਇਹਦੇ ਬਾਰੇ ਯਾਦ ਰੱਖਣਾ ਬਾਕੀ ਆਪਸ਼ਨ ਨੰਬਰ A ਬੜਾ ਇੰਪੋਰਟੈਂਟ ਹੈ ਵਿਰਾਟ ਚੰਦਰ ਆਪਣੇ ਭਾਰਤ ਤੋਂ ਇੱਕ ਵਿਅਕਤੀ ਇਹ ਸਭ ਤੋਂ ਛੋਟੀ ਉਮਰ ਦੇ ਕੇਵਲ ਇਨਰੀ ਉਮਰ 7 ਸਾਲ ਦੀ ਹੈ ਔਰ ਇਹਨਾਂ ਨੇ ਮਾਉਂਟ ਕਿਲੀਮੰਜਾਰੋ ਦੇ ਚੜਾਈ ਕੀਤੀ ਸੀਗੀ ਮਾਉਂਟ ਕਿਲੀਮੰਜਾਰੋ ਦੀ ਮੈਂ ਗੱਲ ਕਰਾਂ ਤਾਂ ਅਫਰੀਕਾ ਕੰਟੀਨੈਂਟ ਦੀ ਸਭ ਤੋਂ ਉੱਚੀ ਚੋਟੀ ਹੈਗੀ ਜਿਹੜੀ ਕਿ ਤੁਹਾਨੂੰ ਤੰਜ਼ਾਨੀਆ ਕੰਟਰੀ ਵਿੱਚ ਦੇਖਣ ਨੂੰ ਮਿਲੇਗੀ ਸੋ ਵਿਰਾਟ ਚੰਦਰ ਦਾ ਨਾਮ ਵੀ ਇੰਪੋਰਟੈਂਟ ਹੈ ਸੋ ਗੱਲ ਕਰਦੇ ਹਾਂ ਜੀ ਨੈਕਸਟ ਕੁਸ਼ਨ ਬਾਰੇ ਵਿੱਚ ਐਪ ਹੈਜ਼ ਬੀ ਲੌਂਚਡ ਬਾਏ CBSE ਟੂ ਹੈਲਪ ਦੀ ਸਟੂਡੈਂਟਸ ਐਟ ਅ ਟਾਈਮ ਆਫ ਐਗਜ਼ਾਮੀਨੇਸ਼ਨ CBSE ਦੀ ਦੁਬਾਰਾ ਪ੍ਰੀਖਿਆ ਦੇ ਸਮੇਂ ਲਈ ਵਿਦਿਆਰਥੀਆਂ ਦੀ ਸਹਾਇਤਾ ਲਈ ਕਹਿੰਦੇ ਕਿਹੜਾ ਐਪ ਹੁਣ ਲਾਂਚ ਕੀਤਾ ਗਿਆ CBSE ਦੇਖੋ ਤੁਹਾਨੂੰ ਪਤਾ ਹੈਗਾ ਸੈਂਟਰਲ ਬੋਰਡ ਆਫ ਸਕੈਂਡਰੀ ਐਜੂਕੇਸ਼ਨ ਇਹਦੇ ਵੱਲੋਂ ਸਟੂਡੈਂਟਸ ਦੇ ਲਈ ਆਪਸ਼ਨ ਨੰਬਰ A ਜਾਨਕੀ CBSE ਦੋਸਤ ਫੋਰ ਲਾਈਖ ਨਾਲ ਇੱਕ ਐਪਲੀਕੇਸ਼ਨ ਡਿਵੈਲਪ ਕੀਤਾ ਗਿਆ ਹੈਗਾ ਬੇਸਿਕਲੀ ਜਿਹੜੇ ਬੱਚੇ 9ਵੀਂ ਤੋਂ ਲੈ ਕੇ 10ਵੀਂ ਕਲਾਸ ਵਿੱਚ ਹੈਗੇ ਨੇ ਕਿ CBSE ਬੋਰਡ ਵਿੱਚ ਉਹਨਾਂ ਵਾਸਤੇ ਕੀ ਹੈ ਇਹ ਐਪਲੀਕੇਸ਼ਨ ਡਿਵੈਲਪ ਕੀਤਾ ਇੱਥੇ ਦੇਖੋ ਐਪਲੀਕੇਸ਼ਨ ਜੋ ਹੋਵੇਗਾ ਕੀ ਜੋ ਵੀ ਵੱਡੇ ਵੱਡੇ ਯੂਨੀਵਰਸਿਟੀ ਔਰ ਕਾਲਜਾਂ ਦੇ ਪ੍ਰੋਫੈਸਰ ਹੋਣਗੇ ਉਹ ਬੱਚਿਆਂ ਨੂੰ ਕੀ ਸਹੀ ਇੱਥੇ ਗਾਈਡੈਂਸ ਦੇਣਗੇ ਔਰ ਇਸ ਤੋਂ ਇਲਾਵਾ ਜੋ ਆਪਣੇ ਐਗਜ਼ਾਮ ਨੇ ਉਹਨਾਂ ਦੇ ਜੋ ਪ੍ਰੈਸ਼ਰ ਹੁੰਦਾ ਬੱਚਿਆਂ ਦੇ ਉੱਪਰ ਉਸ ਪ੍ਰੈਸ਼ਰ ਤੋਂ ਕਿਵੇਂ ਬਚਿਆ ਜਾਵੇ ਇਸ ਦੇ ਸੰਬੰਧੀ ਸਲਾਹਾਂ ਵੀ ਬੱਚਿਆਂ ਨੂੰ ਦਿੱਤੀਆਂ ਜਾਣਗੀਆਂ ਔਰ ਉਹਨਾਂ ਦੇ ਅੱਗੇ ਕੈਰੀਅਰ ਸੰਬੰਧੀ ਵੀ ਗਾਈਡ ਕੀਤਾ ਜਾਵੇਗਾ ਸਿੱਧੀ ਜੀ ਗੱਲ ਆ ਬਸ ਉਹਨਾਂ ਇਸ ਐਪਲੀਕੇਸ਼ਨ ਦਾ ਨਾਮ ਯਾਦ ਰੱਖਣਾ ਜਿਹੜਾ ਕਿ CBSE ਵੱਲੋਂ ਡਿਵੈਲਪ ਕੀਤਾ ਗਿਆ ਹੈਗਾ 9ਵੀਂ 10ਵੀਂ ਦੇ ਬੱਚਿਆਂ ਲਈ ਔਰ ਇਸ ਐਪਲੀਕੇਸ਼ਨ ਦਾ ਨਾਮ ਹੈਗਾ ਜੀ CBSE ਦੋਸਟ ਫੋਰ ਲਾਈਫ ਠੀਕ ਹੈ ਜੀ ਆਪਸ਼ਨ ਨੰਬਰ ਏ ਇੱਥੇ ਆਪਣਾ ਰਾਈਟ ਆਨਸਰ ਹੈ ਬਾਕੀ ਦੇਖੋ CBSE ਬਾਰੇ ਗੱਲ ਕਰੀ ਇਹਦੇ ਚੇਅਰਮੈਨ ਦਾ ਨਾਮ ਯਾਦ ਰੱਖ ਸਕਦੇ ਤੁਸੀਂ ਮਨੋਜ ਅਹੂਜਾ ਇਹਨਾਂ ਦਾ ਇਹਨਾਂ ਦੇ ਚੇਅਰਮੈਨ ਦਾ ਨਾਮ ਠੀਕ ਹੈ ਨਾ ਮਨੋਜ ਅਹੂਜਾ ਬਣੇ ਹੋਏ ਨੇ ਇਹਨਾਂ ਬਾਰੇ ਯਾਦ ਰੱਖਣਾ ਅੱਛਾ ਇਹ ਤਾਂ ਆਪਣਾ ਸੈਂਟਰ ਦਾ ਬੋਰਡ ਹੈ ਆਪਣਾ ਜੋ ਪੰਜਾਬ ਦਾ ਬੋਰਡ ਆ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਇਹਨਾਂ ਦੇ ਚੇਅਰਮੈਨ ਦਾ ਨਾਮ ਕੀ ਹੈਗਾ ਤੇਰੇ ਆਪਣੇ ਚੇਅਰਮੈਨ ਹੈਗੇ ਨੇਗੇ ਜੋਗਰਾਜ ਸ਼ਰਮਾ ਠੀਕ ਹੈ ਨਾ ਇਹ ਯਾਦ ਰੱਖ ਸਕਦੇ ਸੋ ਗੱਲ ਕਰਦੇ ਆ ਨੈਕਸਟ ਕੁਸ਼ਚਨ ਬਾਰੇ ਵਿਚ ਕੰਟਰੀ ਹੈਜ਼ proposed to kill elephants in a big way to reduce the population of elephants دیکھو ਜੀ ਕਹਿੰਦੇ ਕਿਹੜੇ ਦੇਸ਼ ਨੇ ਹਾਥੀਆਂ ਦੀ ਆਬਾਦੀ ਨੂੰ ਘਟਾਉਣ ਵਾਸਤੇ ਵੱਡੇ ਪੱਧਰ ਤੇ ਹਾਥੀਆਂ ਨੂੰ ਮਾਰਨ ਦਾ ਇੱਕ ਪ੍ਰਸਤਾਵ ਹੁਣ ਦਿੱਤਾ ਹੈ ਜਿਹੜਾ ਇਹ ਪ੍ਰਸਤਾਵ ਪੇਸ਼ ਕੀਤਾ ਜੀ ਜ਼ਿੰਬਾਬਵੇ ਦੀ ਸਰਕਾਰ ਦੇ ਦੁਆਰਾ ਕੀਤਾ ਗਿਆ ਹੈ ਬੜਾ ਪੂਟੈਂਟ ਕੁਐਸ਼ਨ ਹੈਗਾ ਜ਼ਿੰਬਾਬਵੇ ਦੀ ਸਰਕਾਰ ਨੇ ਕਿਹਾ ਵੀ ਹੁਣ ਸਾਡੇ ਦੇਸ਼ ਵਿੱਚ ਕਹਿੰਦੇ 1 ਲੱਖ ਤੋਂ ਵੱਧ ਜਿਹੜੇ ਹਾਥੀ ਹੋ ਗਏ ਨੇਗੇ ਔਰ ਜਿਹੜੇ ਕਿ ਹੋਰ ਪ੍ਰਜਾਤੀਆਂ ਦੇ ਲਈ ਖਤਰਾ ਵਧ ਰਹੇ ਨੇਗੇ ਤਾ ਕਰਕੇ ਵੱਡੇ ਪੱਧਰ ਉੱਤੇ ਕਹਿੰਦੇ ਸਾਡੇ ਦੇਸ਼ ਵਿੱਚੋਂ ਹਾਥੀਆਂ ਨੂੰ ਮਾਰਿਆ ਜਾਵੇ। ਤਾਂ ਇਸ ਤਰੀਕੇ ਦਾ ਪ੍ਰਸਤਾਵ ਦੇਣ ਵਾਲੀ ਜੋ ਕੰਟਰੀ ਹੈਗੀ ਉਹ ਹੈ ਜ਼ਿੰਬਾਬਵੇ ਸਿੱਧਾ ਆਪਣੇ ਦਾ ਨਾਮ ਯਾਦ ਰੱਖਣਾ ਠੀਕ ਹੈ ਨਾ ਤਾਂ ਇਹੀ ਆਪਣੇ ਲਈ ਜਿਹੜਾ ਇੰਪੋਰਟੈਂਟ ਹੈਗਾ। ਬਾਕੀ ਦੇਖੋ ਐਲੀਫੈਂਟਸ ਦੀ ਗੱਲ ਕੀਤੀ ਗਿਆ ਤਾਂ ਐਲੀਫੈਂਟਸ ਨਾਲ ਰਿਲੇਟਡ ਤੁਸੀਂ ਯਾਦ ਰੱਖ ਸਕਦੇ ਹੋ ਹਰ ਸਾਲ ਵਰਲਡ ਐਲੀਫੈਂਟ ਡੇ ਹੈ ਜਿਹੜਾ 12 ਅਗਸਤ ਨੂੰ ਸੈਲੀਬ੍ਰੇਟ ਕੀਤਾ ਜਾਂਦਾ ਇਹ ਤੁਸੀਂ ਯਾਦ ਰੱਖਣਾ। ਵੈਸੇ 12 ਅਗਸਤ ਨੂੰ ਛੋੜੀ ਜਿਹਾ ਦੂਬ ਇੱਕ ਡੇ ਹੋਰ ਹੁੰਦਾਗਾ ਕਿਹੜਾ ਹੁੰਦਾਗਾ ਪਲਾਂ ਦੀ ਇੰਟਰਨੈਸ਼ਨਲ ਯੂਥ ਡੇ ਹੁੰਦਾਗਾ ਠੀਕ ਹੈ ਨਾ ਇਹਦੇ ਬਾਰੇ ਯਾਦ ਰੱਖਣਾ 12 ਅਗਸਤ ਨੂੰ ਹੁੰਦਾ ਅੱਛਾ ਇਦਾਂ ਇੰਟਰਨੈਸ਼ਨਲ ਯੂਥ ਡੇ ਹੁੰਦਾ ਅਗਰ ਮੈਂ ਗੱਲ ਕਰਾਂ ਨੈਸ਼ਨਲ ਯੂਥ ਡੇ ਕਦੋਂ ਹੁੰਦਾਗਾ ਤਾਂ ਨੈਸ਼ਨਲ ਯੂਥ ਡੇ ਯਾਦ ਰੱਖਣਾ ਜੀ ਸਵਾਮੀ ਵਿਵੇਕਾਨੰਦ ਦੀ ਜਨਮ ਦਿਨ ਤੇ ਹੁੰਦਾਗਾ ਹਰ ਸਾਲ 12 ਜਨਵਰੀ ਨੂੰ ਠੀਕ ਹੈ ਨਾ ਤਾਂ ਇਹਦੇ ਬਾਰੇ ਤੁਸੀਂ ਯਾਦ ਰੱਖ ਸਕਦੇ ਹੋ ਬਾਕੀ ਆਪਾਂ ਤਾਂ ਗੱਲ ਕਰ ਰਹੇ ਸੀ ਦੇ ਕੋ ਜੰਮਾਬੇ ਦੀ ਜੰਮਾਬੇ ਦੀ ਗੱਲ ਕਰੀਏ ਕੈਪੀਟਲ ਹੈਗੀ ਹੈ ਹਰਾਰੇ ਔਰ ਇ वैसे पिछले महीने एक न्यूज़ आई थी जम्बाब्वे दी क्रिकेट टीम दे जो कैप्टनसी पहला उन्हा नासी हीथ स्ट्रीक और उन्हा हीथ स्ट्रीक उत्ते आईसीसी दे ਵੱਲੋਂ 8 ਸਾਲਾਂ ਬਾਸਤੇ ਗਿਆ ਬੈਨ ਲਗਾ ਦਿੱਤਾ ਗਿਆਗਾ ਇਹ ਤੁਸੀਂ ਯਾਦ ਰੱਖਣਾ ਪੁਟੈਂਟ ਕੁਐਸਚਨ ਹੈਗਾ ਸੋ ਗੱਲ ਕਰਦੇ ਹਾਂ ਨੈਕਸਟ ਕੁਐਸਚਨ ਬਾਰੇ ਹੂ ਬੋਨ ਦੀ ਬੈਸਟ ਐਕਟਰ ਅਵਾਰਡ ਐਟ ਦੀ ਨਿਊਯਾਰਕ ਸਿਟੀ ਇੰਟਰਨੈਸ਼ਨਲ ਫਿਲਮ ਫੈਸਟੀਵਲ ਕੈਨੇਡੀ ਦੀ ਨਿਊਯਾਰਕ ਸਿਟੀ ਇੰਟਰਨੈਸ਼ਨਲ ਫਿਲਮ ਫੈਸਟੀਵਲ ਦੇ ਵਿੱਚ ਸਰਬੋਤਮ ਅਦਾਕਾਰ ਦਾ ਪੁਰਸਕਾਰ ਕਿਸ ਨੇ ਜਿੱਤਿਆ देखो ਜਿਹੜਾ ਇਹ ਹੁਣ ਸਰਬੋਤਮ ਅਦਾਕਾਰ ਦਾ ਯਾਨਕੀ ਬੈਸਟ ਐਕਟਰ ਦਾ ਅਵਾਰਡ ਜਿਹੜਾ ਹੁਣ ਜਿੱਤਿਆ ਹੈਗਾ ਇਹਦਾ ਨਾਂ ਹੈ અનુਪਮ ਖੇਰ ਨੇ অপਸ਼ਨ ਨੰਬਰ ਬੀ ਇੱਥੇ ਰਾਈਟ ਆਨਸਰ ਹੋਏਗਾ ਔਰ અનુਪਮ ਖੇਰ ਦਿੱਕਾ ਸ਼ਾਰਟ ਮੂਵੀ ਆਈ ਸੀ ਵੈਸੇ ਹੈਪੀ ਬਰਥਡੇ ਇਸ ਸ਼ਾਰਟ ਮੂਵੀ ਦਾ ਨਾਂ ਸੀ ਇਸ ਸ਼ਾਰਟ ਮੂਵੀ ਕਰਕੇ અનુਪਮ ਖੇਰ ਨੂੰ ਬੈਸਟ ਐਕਟਰ ਦਾ ਅਵਾਰਡ ਮਿਲਿਆ ਵੈਸੇ ਇਸ ਫਿਲਮ ਫੈਸਟੀਵਲ ਦੇ ਵਿੱਚ ਬੈਸਟ ਸ਼ਾਰਟ ਮੂਵੀ ਆਈਡੀ ਉਹ ਵੀ ਹੈਪੀ ਬਰਥਡੇ ਹੀ ਚੁਣੀ ਗਈ ਹੈਗੀ ਠੀਕ ਹੈ ਨਾ ਤਾਂ ਇਹ ਵੀ ਤੁਸੀਂ ਜਰੂਰ ਯਾਦ ਰੱਖਣਾ ਬਾਕੀ ਇਸ ਤਲਾਬਾ ਪ੍ਰੇਸ਼ ਰਾਵਲ ਦੀ ਗੱਲ ਕਰੀਓ ਆਪਸ਼ਨ ਨੰਬਰ ਬੀ ਦੀ ਇਹਨਾਂ ਨੂੰ ਹੁਣ ਰੀਸੈਂਟਲੀ ਨੈਸ਼ਨਲ ਸਕੂਲ ਆਫ ਡਰਾਮਾ ਦੇ ਚੇਅਰਮੈਨ ਚੁਣਿਆ ਗਿਆ ਸੀ ਰਜਨੀ ਕਾਂਦਰੀ ਮੈਂ ਗੱਲ ਕਰਤਾ 55ਵੇਂ ਨੰਬਰ ਦਾ ਦਾਦਾ ਸਾਈ ਫਾਲਕੇ ਅਵਾਰਡ ਇਹਨਾਂ ਨੂੰ ਹੁਣ ਦਿੱਤਾ ਗਿਆ ਸੀ ਬਾਕੀ ਸੋਨੂ ਸੂਦ ਸੋਨੂ ਸੂਦ ਬਾਰੇ ਯਾਦ ਰੱਖ ਸਕਦੇ ਹੋ ਰੀਸੈਂਟਲੀ ਆਪਣੇ ਪੰਜਾਬ ਸਰਕਾਰ ਨੇ ਕੋਵਿਡ ਦੀ ਜੋ ਮੁਹਿੰਮ ਹੈ ਉਸ ਦੇ ਐਮਬੈਸਡਰ ਦੇ ਵਜੋਂ ਚੁਣਿਆ ਸੀ ਸੋਨੂ ਸੂਦ ਨੂੰ ਤਾਂ ਇਹਨਾਂ ਬਾਰੇ ਵੀ ਇਹਨਾਂ ਇੱਕ ਫੈਕਟ ਯਾਦ ਰੱਖਣਾ ਸੋ ਗੱਲ ਕਰਦੇ ਹਾਂ ਨੈਕਸਟ ਕੁਐਸਚਨ ਬਾਰੇ ਲੋਰੀਅਸ ਵਰਲਡ ਸਪੋਰਟਸ ਅਵਾਰਡ ਹੂ ਵਾਸ ਅਵਾਰਡਡ ਦੀ ਸਪੋਰਟਸਮੈਨ ਆਫ ਦੀ ਈਅਰ ਇਨ 2021 ਲੋਰੀਅਸ ਵਰਲਡ ਸਪੋਰਟਸ ਅਵਾਰਡ ਕਹਿੰਦੇ ਕਿਸ ਨੂੰ 2021 ਵਿੱਚ ਸਪੋਰਟਸਮੈਨ ਆਫ ਦੀ ਈਅਰ ਅਵਾਰਡ ਵਜੋਂ ਚੁਣਿਆ ਗਿਆਗਾ ਯਾਨੀ ਕਿ ਜੋ ਲੋਰੀਅਸ ਵਰਲਡ ਸਪੋਰਟਸ ਅਵਾਰਡ ਹੈਗਾ ਇਹ ਹੁਣ 2021 ਦਾ ਦੇਖੋ ਇਹ ਬੜਾ ਪੋਰਟੈਂਟ ਅਵਾਰਡ ਹੈਗਾ ਸਪੋਰਟਸ ਦੇ ਵਿੱਚ ਔਰ ਇਸ ਨੂੰ ਸਪੋਰਟਸ ਦਾ ਔਸਕਰ ਵੀ ਕਿਹਾ ਜਾਂਦਾ ਤਾਂ ਕਰਕੇ ਬੜਾ ਇੰਪੋਰਟੈਂਟ ਹੈਗਾ ਔਰ ਇਸ ਅਵਾਰਡ ਦੀ ਮੈਂ ਗੱਲ ਕਰਾ ਤਾਂ 2021 ਦੇ ਵਿਜੇ ਇਹ ਅਵਾਰਡ ਦਿੱਤਾ ਗਿਆਗਾ ਰਾਫੇਲ ਨਡਾਲ ਨੂੰ ਮਿਲਿਆਗਾ ਮੈਨਸ ਵਿੱਚ ਠੀਕ ਹੈ ਨਾ অপਸ਼ਨ ਨੰਬਰ ਡੀ ਇੱਥੇ ਰਾਈਟ ਆਨਸਰ ਹੋਏਗਾ ਰਾਫੇਲ ਨਡਾਲ ਦੀ ਮੈਂ ਗੱਲ ਕਰਾ ਤਾਂ ਤੁਸੀਂ ਸਭ ਜਾਣਦੇ ਹੋਗੇ ਟੈਨਿਸ ਪਲੇਅਰ ਹੈਗੇ ਨੇ ਜਾਣੇਮਾਨਿਕ ਔਰ ਇਹਨਾਂ ਨੂੰ ਵੈਸੇ ਚੌਥੀ ਵਾਰ ਇਸ ਵਾਰੀ ਇਹ ਅਵਾਰਡ ਮਿਲੇਗਾ ਠੀਕ ਹੈ ਨਾ ਔਰ ਵੈਸੇ ਰਾਫੇਲ ਨਡਾਲ ਨੂੰ ਕਿੰਗ ਆਫ ਕਲੇ ਪੁਟ ਵੀ ਕਿਹਾ ਜਾਂਦਾਗਾ ਇਹ ਤੁਸੀਂ ਯਾਦ ਰੱਖਣਾ अच्छा इतना मिला मेंस ਵਿੱਚ ਮੈਂ ਗੱਲ ਕਰਾ ਅਗਰ ਵੂਮਨਸ ਵਿੱਚ ਇਸ ਵਾਰੀ ਕਿਸ ਨੂੰ ਮਿਲਿਆ ਤਾਂ ਇਹ ਮਿਲਿਆ ਜੀ ਨਿਯੋਮੀ ਉਸਾਕਾ ਨੂੰ ਨਿਯੋਮੀ ਉਸਾਕਾ ਜਪਾਨ ਦੀ ਪਲੇਅਰ ਹੈ ਠੀਕ ਹੈ ਨਾ ਬਾਕੀ ਦੇਖੋ ਲੋਰੀਅਸ ਲੋਰੀਅਸ ਵਰਲਡ ਸਪੋਰਟਸ ਅਵਾਰਡ ਦੀ ਮੈਂ ਗੱਲ ਕਰਾਂ ਤਾਂ ਸਾਲ 2000 ਦੇ ਵਿੱਚ ਇਹਦੀ ਸ਼ੁਰੂਆਤ ਹੋਈ ਸੀਗੀ ਔਰ ਸਭ ਤੋਂ ਪਹਿਲੀ ਵਾਰ ਜਿਹੜਾ ਇਹ ਅਵਾਰਡ ਮਿਲਿਆ ਸੀ ਟਾਈਗਰ ਵੁੱਡਸ ਨੂੰ ਮਿਲਿਆ ਸੀ অপਸ਼ਨ ਨੰਬਰ A ਵਿੱਚ ਤੁਸੀਂ ਇਹਨਾਂ ਨਾਂ ਦੇਖ ਰਹੇ ਹੋਗੇ ਤਾਂ ਇਹਨਾਂ ਬਾਰੇ ਵੀ ਤੁਸੀਂ ਯਾਦ ਰੱਖਣਾ ਟਾਈਗਰ ਵੁੱਡਸ ਵੈਸੇ 골ਫ ਦੇ ਪਲੇਅਰ ਨੇ ਯੂ ਐਸ اے ਦੇ ਔਰ ਲਿਉਣ ਮੈਸੀਰੀ ਮੈਂ ਗੱਲ ਕਰਾ অপਸ਼ਨ B ਦੀ ਪਿਛਲੇ ਸਾਲ ਇਹਨਾਂ ਨੂੰ ਵੈਸੇ ਮਿਲਿਆ ਸੀ 2020 ਦੇ ਵਿੱਚ ਰੋਜ਼ਰ ਫੈਡਰ ਦੀ ਵੀ ਗੱਲ ਕਰ ਲੈਣੀ ਹੈ অপਸ਼ਨ ਨੰਬਰ ਸੀ ਵਿੱਚ ਪਿਆ ਅਗਰ ਪੁੱਛਿਆ ਜਾਵੇ ਲੋਰੀਅਸ ਵਰਲਡ ਸਪੋਰਟ ਅਵਾਰਡ ਸਭ ਤੋਂ ਵੱਧ ਵਾਰੀ ਕਿਸੇ ਵਿਅਕਤੀ ਨੂੰ ਮਿਲਿਆ ਤਾਂ ਰੋਜ਼ਰ ਫੈਡਰ ਨੂੰ ਮਿਲਿਆਗਾ 6 ਵਾਰੀ ਇਹਨਾਂ ਨੂੰ ਇਹ ਅਵਾਰਡ ਮਿਲ ਚੁੱਕਿਆ ਹੁਣ ਤੱਕ ਠੀਕ ਹੈ ਨਾ ਤੇ ਇਹਦੇ ਬਾਰੇ ਜਿਆਦਾ ਰੱਖਣੇ ਵੀ ਟੈਂਸ ਪਲੇਅਰ ਨੇ ਸੋ ਇਸ ਤੋਂ ਬਾਅਦ ਦੇਖੋ ਜੀ ਆਪਣੇ ਸਾਰੀਆਂ ਜੋ ਕਰੰਟ ਅਫੇਅਰ ਨਿਊਜ਼ ਆ ਗਈ ਸੀ ਆਪਣੀ ਅੱਜ ਦੀਆਂ ਆਪਣੀਆਂ ਸਾਰੀਆਂ ਕੰਪਲੀਟ ਕਰ ਲਿਆ ਨਗੇ ਆ ਸੋ ਇਸ ਤੋਂ ਬਾਅਦ ਗੱਲ ਕਰਦੇ ਆ ਅੱਜ ਦੇ ਜੋ ਆਪਣਾ ਅਭਿਆਸ ਕੁਐਸਚਨ ਹੈਗਾ ਸੋ ਇਹਦਾ ਰਾਈਟ ਆਨਸਰ ਸਭ ਨੇ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸਣਾ ਇਹ ਕੁਐਸਚਨ ਲਿਆ ਗਿਆ ਕੱਲ ਦੀ ਕਲਾਸ ਵਿੱਚੋਂ ਅਗਰ ਸੋਨੇ ਕੱਲ੍ਹ ਵਾਲੀ ਕਲਾਸ ਦੇਖੀ ਹੈ April ਮਨਤ ਵਾਲੀ ਤਾਂ ਤੁਸੀਂ ਡੈਫੀਨਿਟਲੀ ਇਸ ਦਾ ਆਨਸਰ ਕਰ ਦਮੋਗੇ ਤਾਂ ਇਹ ਕੁਐਸਚਨ ਹੀ ਆਪਣਾ ਹੈਗਾ ਜੀ ਕਹਿੰਦੇ ਵਿਚ ਸਟੇਟ ਆਫ ਜੂਟੀ ਸਟਾਰਟਡ ਦੀ ਲੈਬ ਔਨ 휠 ਟੂ ਪ੍ਰੋਵਾਈਡ ਸਾਇੰਸ ਰਿਲੇਟਡ ਐਜੂਕੇਸ਼ਨ ਟੂ ਗਵਰਨਮੈਂਟ ਸਕੂਲ ਸਟੂ ਕਿਹੜੇ ਰਾਜ ਆ ਫਿਰ ਕੇਂਦਰ ਸ਼ਾਸਤ ਪ੍ਰਦੇਸ਼ ਨੇ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਨੂੰ ਵਿਗਿਆਨ ਨਾਲ ਸੰਬੰਧਿਤ ਸਿੱਖਿਆ ਪ੍ਰਦਾਨ ਕਰਨ ਲਈ ਕਹਿੰਦੇ ਜੀ ਲੈਬ ਔਨ ਬੀਲ ਸੀਰੀ ਸ਼ੁਰੂਆਤ ਕੀਤੀ ਆ ਤਾਂ ਕਿਹੜੇ ਸਟੇਟ ਨੇ ਕੀਤੀ ਆ ਜਾਂ ਜੂਟੀ ਨੇ ਤਾਂ ਉਹਦੇ ਬਾਰੇ ਜ਼ਰੂਰ ਦੱਸਣਾ ਤਾਂ ਉਸ ਜੂਟੀ ਜਾਂ ਸਟੇਟ ਬਾਰੇ ਤੁਸੀਂ ਡਿਟੇਲ ਵਿੱਚ ਵੀ ਲਿਖ ਸਕਦੇ ਹੋ ਸੋ ਅਗਰ ਕਲਾਸ ਵਧੀਆ ਲੱਗੀ ਤਾਂ ਇਹਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਠੀਕ ਹੈ ਜੀ ਸੋ ਓਕੇ ਜੀ ਧੰਨਵਾਦ ਟੇਕਿਆ